ਹੇ ਗਾਈਸ, ਕੀ ਹਾਲ ਚਾਲ ਹੈ? ਮੈਂ ਹਰਵਿੰਦਰ ਸਿੰਘ ਭੋਪਾਲ। ਮੈਂ ਗਗਨਦੀਪ ਕੌਰ ਭੋਪਾਲ। ਅਸੀਂ ਤੁਹਾਨੂੰ ਭੋਪਾਲ ਫੈਮਿਲੀ ਬਲੌਗ ਦੇ ਵਿੱਚ ਜੀ ਆਇਆਂ ਨੂੰ ਕਹਿੰਦੇ ਹਾਂ। ਕੀ ਹਾਲ ਹੈ ਗਾਈਸ? ਹੈਲੋ, ਸਤਿ ਸ਼੍ਰੀ ਅਕਾਲ, ਨਮਸਕਾਰ, ਅਸਲਾਮ ਅਲੈਕੁਮ। ਹਾਂਜੀ, ਕੀ ਹਾਲ ਚਾਲ ਹੈ? ਮਜ਼ੇ ਵਿੱਚ ਹੋ? ਮੌਜੇ ਮੌਜਾਂ, ਮੌਜੇ ਮਾਣਦੇ ਰਹੋ। ਅੱਜ ਦੇ ਬਲੌਗ ਵਿੱਚ ਅਸੀਂ ਤੁਹਾਨੂੰ ਇੱਕ ਸਰਪ੍ਰਾਈਜ਼ ਵਿਜ਼ਿਟ ਕਰਾਉਣ ਜਾ ਰਹੇ ਹਾਂ। ਸਰਪ੍ਰਾਈਜ਼ ਵਿਜ਼ਿਟ ਦਾ ਤੁਹਾਨੂੰ ਐਂਡ ਵਿੱਚ ਪਤਾ ਲੱਗੇਗਾ, ਇਸ ਲਈ ਵੀਡੀਓ ਨਾਲ ਐਂਡ ਤੱਕ ਬਣੇ ਰਹੋ। ਅੱਜ ਸਰਪ੍ਰਾਈਜ਼ ਵਿਜ਼ਿਟ ਦੇ ਨਾਲ ਨਾਲ ਇੱਕ ਸਰਪ੍ਰਾਈਜ਼ ਦਿਨ ਵੀ ਹੈ, ਜਿਹਦਾ ਜ਼ਿਕਰ ਅਸੀਂ ਬਲੌਗ ਦੇ ਐਂਡ ਦੇ ਵਿੱਚ ਤੁਹਾਨੂੰ ਕਰਾਂਗੇ। ਜਸਟ ਵੇਟ ਐਂਡ ਵਾਚ। ਜੀ ਹਾਂ ਗਾਈਜ਼, ਇੱਕ ਦਿਵਸ ਵੀ ਸਪੈਸ਼ਲ ਹੈ ਔਰ ਇੱਕ ਵਿਜ਼ਿਟ ਵੀ ਸਪੈਸ਼ਲ ਹੈ, ਇਸ ਕਰਕੇ ਵੀਡੀਓ 'ਚ ਅੰਤ ਤੱਕ ਬਣੇ ਰਹੋ। ਜਿਹੜੇ ਨਵੇਂ ਆਏ ਆ, ਨਵੇਂ ਵਿਊਵਰਸ ਆ, ਬੇਨਤੀ ਹੈ ਕਿ ਉਹ ਸਬਸਕ੍ਰਾਈਬ ਜ਼ਰੂਰ ਕਰਨ, ਤਾਂ ਜੋ ਸਾਨੂੰ ਸ਼ੇਅਰ ਐਂਡ ਸਬਸਕ੍ਰਾਈਬ ਜ਼ਰੂਰ ਕਰੋ ਐਂਡ ਸਾਨੂੰ ਅੱਛਾ ਲੱਗੇਗਾ ਔਰ ਸਾਨੂੰ ਕਮੈਂਟ ਵਿੱਚ ਚੰਗਾ ਸਭ ਕੁਛ ਦੱਸਣਾ ਕਿ ਅਸੀਂ ਕਿਸ ਤਰ੍ਹਾਂ ਦਾ ਤੁਹਾਨੂੰ ਵਿਜ਼ਿਟ ਕੀਤਾ ਜਾਂ ਕਿਸ ਤਰ੍ਹਾਂ ਦਾ ਦਿਵਸ ਤੁਹਾਨੂੰ ਲੱਗਾ ਸਾਡਾ। ਥੈਂਕ ਯੂ। ਚਲੋ ਸ਼ੁਰੂ ਕਰਦੇ ਹਾਂ ਵੀਡੀਓ। ਹਾਂ ਗਾਈਸ, ਜਿਵੇਂ ਕਿ ਤੁਹਾਨੂੰ ਪਹਿਲਾਂ ਦੱਸ ਰਿਹਾ ਸੀ ਕਿ ਅੱਜ ਅਸੀਂ ਸਰਪ੍ਰਾਈਜ਼ ਵਿਜ਼ਿਟ ਕਰਾਵਾਂਗੇ ਤੁਹਾਨੂੰ। ਸਾਡੀ ਸਰਪ੍ਰਾਈਜ਼ ਵਿਜ਼ਿਟ ਸ਼ੁਰੂ ਹੋ ਗਈ ਹੈ, ਚਲੋ ਸਾਡੇ ਨਾਲ ਦੇਖੋ ਬਾਹਰਲਾ ਵਿਊ। ਸਾਡੇ ਪੰਜਾਬ ਵਿੱਚ ਝੋਨੇ ਦੀ ਫਸਲ ਜਿਹੜੀ ਹੈ ਪੱਕ ਚੁੱਕੀ ਹੈ। ਗਾਈਜ਼, ਹੁਣ ਅਸੀਂ ਪਹੁੰਚੇ ਹਾਂ ਫੈਸਲਨ ਰਿਆਲ ਰਿਜ਼ੋਰਟ ਵਿੱਚ। ਜੀ ਹਾਂ, ਇੱਥੇ ਮੈਡਮ ਗਗਨਦੀਪ ਕੌਰ ਭੋਪਾਲ ਦੇ ਭਤੀਜੇ ਦਾ ਅੱਜ ਸ਼ਗਨ ਹੈ। ਦੇਖੋ ਤੁਸੀਂ ਇਸ ਦੀ ਰੌਣਕ।
ਤੁਸੀਂ ਹੁਣ ਆ ਵੀਡੀਓ ਦੇਖੀ ਹੋਊਗੀ ਤਾਂ ਤੁਹਾਨੂੰ ਪਤਾ ਲੱਗ ਗਿਆ ਹੋਊਗਾ ਕਿ ਅੱਜ ਸਾਡੀ 32ਵੀਂ ਮੈਰਿਜ ਐਨਵਰਸਰੀ ਸੀ। ਔਰ ਉਸ ਟਾਈਮ ਕਿਉਂਕਿ ਕੋਈ ਨਾ ਤਾਂ ਡਿਜੀਟਲ ਫੋਟੋ ਹੁੰਦੀ ਸੀ ਨਾ ਡਿਜੀਟਲ ਮੂਵੀ, ਇਸ ਲਈ ਅਸੀਂ ਤੁਹਾਨੂੰ ਫੋਟੋਆਂ ਤੋਂ ਹੀ ਵੀਡੀਓ ਦਿਖਾਈ ਹੈ। ਇਸੇ ਟਾਈਮ ਜ਼ਿਆਦਾ ਫੰਕਸ਼ਨ ਵੀ ਦਿਖਾਉਣ ਦੀ ਕੋਸ਼ਿਸ਼ ਕਰਾਂਗੇ। ਅੱਛਾ ਬਾਏ ਦੋਸਤੋ, ਹੁਣ ਵੀਡੀਓ ਨੂੰ ਖਤਮ ਕਰਦੇ ਹਾਂ। ਇਸ ਨੂੰ ਲਾਈਕ, ਸਬਸਕ੍ਰਾਈਬ ਔਰ ਸ਼ੇਅਰ ਜ਼ਰੂਰ ਕਰਿਓ। ਸਬਸਕ੍ਰਾਈਬ ਜ਼ਰੂਰ ਕਰ ਦੇਣਾ ਦੋਸਤੋ, ਤਾਂ ਜੋ ਤੁਹਾਨੂੰ ਸਾਡੀਆਂ ਆਉਣ ਵਾਲੀਆਂ ਵੀਡੀਓ ਦੀ ਪਹਿਲਾਂ ਤੋਂ ਇਨਫੋਰਮੇਸ਼ਨ ਮਿਲ ਸਕੇ ਅਤੇ ਸਾਨੂੰ ਵੀ ਹੌਸਲਾ ਮਿਲ ਸਕੇ ਕਿ ਅਸੀਂ ਨਵੀਆਂ ਨਵੀਆਂ ਵੀਡੀਓ ਲੈ ਕੇ ਆ ਸਕੀਏ। ਬਾਏ।